ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਹੁਸ਼ਿਆਰਪੁਰ ਪ੍ਰੈਸ ਐਸੋਸੀਏਸ਼ਨ ਦੇ ਵੀਰ ਮੇਰੀਆਂ ਭੈਣਾਂ ਇੱਥੇ ਆਏ ਆ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਔਰ ਧੰਨਵਾਦ ਦੇ ਨਾਲ ਹੀ ਤੁਹਾਨੂੰ ਇਹ ਸਾਰਿਆਂ ਨੂੰ ਹੱਥ ਜੋੜ ਕੇ ਵਿਸ਼ਵਾਨਾਥ ਵੰਟੀ ਜੀ ਵੱਲੋਂ ਅਪੀਲ ਹੈ ਕਿ ਸਾਡੀ ਜਿਹੜੀ 9 ਤਰੀਕ ਨੂੰ ਪੰਜਾਬ ਲੈਵਲ ਦੀ ਰੈਲੀ ਜਿਹੜੀ ਹੁਸ਼ਿਆਰਪੁਰ ਵਿੱਚ ਹੋ ਰਹੀ ਹੈ, ਔਰ ਪੂਰੇ ਦੇਸ਼ ਦੀ ਸ਼ਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਉਸ ਰੈਲੀ ਨੂੰ ਸੰਬੋਧਨ ਕਰਨ ਵਾਸਤੇ ਹੁਸ਼ਿਆਰਪੁਰ ਵਿੱਚ ਵਿਖੇ ਆ ਰਹੇ ਹਨ, ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਤੁਸੀਂ ਵੀ ਵੱਧ ਚੜ੍ਹ ਕੇ ਇਸ ਰੈਲੀ ਦੇ ਵਿੱਚ ਸਾਡਾ ਸਹਿਯੋਗ ਕਰਕੇ ਇਸ ਰੈਲੀ ਨੂੰ ਕਾਮਯਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ। ਔਰ ਇਸ ਦੇ ਨਾਲ ਹੀ ਮੈਂ ਇਹ ਵੀ ਇਸ ਗੱਲ ਨੂੰ ਸਪਸ਼ਟ ਕਰਨਾ ਚਾਹੁੰਦਾ ਵੀ ਇਹ ਸਿਰਫ ਔਰ ਸਿਰਫ ਕਾਂਗਰਸ ਦੀ ਰੈਲੀ ਹੈ, ਔਰ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਜੋ ਕਿ ਤੁਸੀਂ ਸਾਰੇ ਜਾਣਦੇ ਹੀ ਹਾਂ ਕਿ ਪਿਛਲੇ ਲਗਭਗ ਕੋਈ 2 ਸਾਲ ਦਾ ਅਰਸਾ ਹੋ ਗਿਆ ਕਾਂਗਰਸ ਹੁਸ਼ਿਆਰਪੁਰ ਦੇ ਵਿੱਚ ਜੋ ਸਿਆਸੀ ਹਾਲਾਤ ਆ ਉਹ ਇੱਕ ਲਵਾਰਸ ਤਰ੍ਹਾਂ ਦੀ ਕਾਂਗਰਸ ਹੋਈ ਪਈ ਆ। ਕਾਂਗਰਸ ਨੂੰ ਥੋੜ੍ਹਾ ਬੂਸਟ ਕਰਨ ਵਾਸਤੇ, ਥੋੜ੍ਹਾ ਉੱਪਰ ਚੱਕਣ ਵਾਸਤੇ ਇਹ ਰੈਲੀ ਕਰ ਰਹੇ ਹਾਂ, ਔਰ ਬਿਨਾਂ ਕਿਸੇ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਰੇ ਲੀਡਰਾਂ ਨੂੰ, ਸਾਰੇ ਜਿੰਨੇ ਸਤਿਕਾਰਯੋਗ ਸਾਡੇ ਸੀਨੀਅਰ ਲੀਡਰਸ਼ਿਪ ਹੈਗੀ ਆ ਜਾਂ ਲੋਕਲ ਹੁਸ਼ਿਆਰਪੁਰ ਦੀ ਲੀਡਰਸ਼ਿਪ ਹੈਗੀ ਆ, ਉਹਨਾਂ ਸਾਰਿਆਂ ਨੂੰ ਇਹਦੇ ਵਾਸਤੇ ਅਸੀਂ ਨਿਮੰਤਰਣ ਦੇਣਾ, ਔਰ ਮੈਂ ਆਸ ਕਰਦਾ ਕਿ ਉਹ ਸਾਰੇ ਇਸ ਰੈਲੀ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਨਗੇ। ਔਰ ਇਸ ਰੈਲੀ ਨੂੰ ਅਸੀਂ ਸਾਰੇ 17 ਕੌਂਸਲਰ ਔਰ ਹੋਰ ਵੀ ਜਿੰਨੇ ਸਾਡੇ ਅਹੁਦੇਦਾਰ ਸਾਹਿਬਾਨ ਹੈਗੇ ਰਲ ਮਿਲ ਕੇ ਕਾਮਯਾਬ ਕਰਾਂਗੇ। ਅਸੀਂ ਇੱਥੇ ਆਏ ਆ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਸੀਂ। ਮੈਂ ਜ਼ਿਲ੍ਹਾ ਇੰਟਕ ਦਾ ਪ੍ਰਧਾਨ ਅਸ਼ਨੀ ਸ਼ਰਮਾ ਬੋਲ ਰਿਹਾ ਜੀ। ਸਾਨੂੰ ਕਾਂਗਰਸ ਕਮੇਟੀ ਵੱਲੋਂ ਸਾਡੇ ਜਿਹੜੇ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਆ ਵਿਸ਼ਵਨਾਥ ਜੀ, ਇਹਨਾਂ ਵੱਲੋਂ ਨਿਯੋਤਾ ਮਿਲਿਆ ਸੀਗਾ ਕਿ ਅਸੀਂ ਇੱਕ ਇੱਥੇ ਰੈਲੀ ਕਰਨੀ ਆ ਜਿਹਦੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਆ ਰਹੇ ਆ। ਇੰਟਕ ਜਿਹੜੀ ਹੈਗੀ ਆ ਇੱਕ ਮਤਲਬ ਕਾਂਗਰਸ ਦਾ ਬਹੁਤ ਹੀ ਇੰਪੋਰਟੈਂਟ ਅੰਗ ਆ, ਔਰ ਹੁਸ਼ਿਆਰਪੁਰ ਦੇ ਵਿੱਚ ਇੰਟਕ ਕਾਫੀ ਮਜ਼ਬੂਤ ਵੀ ਹੈ, ਔਰ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜਿੱਦਾਂ ਇੰਟਕ ਮਜ਼ਬੂਤ ਹੋ ਰਹੀ ਹੈ ਉੱਦਾਂ ਕਾਂਗਰਸ ਵੀ ਮਜ਼ਬੂਤ ਹੋਵੇ। ਇਸ ਲਈ ਅਸੀਂ ਸਾਰੇ ਜਿੰਨੇ ਸਾਡੇ ਕਾਂਗਰਸ ਦੇ ਵੱਡੇ ਲੀਡਰ ਆ, ਜ਼ਿਲ੍ਹੇ ਦੇ ਲੀਡਰ ਆ, ਸਾਰਿਆਂ ਨੂੰ ਇਹ ਅਪੀਲ ਕਰਾਂਗੇ ਕਿ ਜੇ ਵੰਟੀ ਭਾਅ ਜੀ ਨੇ ਰੈਲੀ ਕਰਵਾਉਣ ਦੀ ਸੋਚੀ ਹੈਗੀ ਆ ਤਾਂ ਸਾਰੇ ਜਣੇ ਰਲ ਮਿਲ ਕੇ ਆਓ, ਅਤੇ ਜਿਹੜੀ ਕਾਂਗਰਸ ਬਿਖਰੀ ਹੋਈ ਆ ਉਹਨੂੰ ਆਪਾਂ ਇਕੱਠਾ ਕਰਕੇ ਇੱਕ ਮੰਚ 'ਤੇ ਲਿਆ ਕੇ ਇੱਕ ਵਧੀਆ ਢੰਗ ਨਾਲ, ਕਿਉਂਕਿ ਹੁਸ਼ਿਆਰਪੁਰ ਦੀ ਕਾਂਗਰਸ ਬਹੁਤ ਮਜ਼ਬੂਤ ਕਾਂਗਰਸ ਸੀਗੀ ਜਿਹੜੀ ਕਿ ਹੁਣ ਥੋੜ੍ਹਾ ਜਿਹਾ ਬਿਖਰਾਵ 'ਚ ਆ, ਉਹਨੂੰ ਆਪਾਂ ਇਕੱਠੇ ਕਰਕੇ ਇੱਕ ਅੱਗੇ ਜਿਹੜਾ ਇਲੈਕਸ਼ਨ ਆ ਰਿਹਾ 24 ਦਾ ਉਹਦੇ ਲਈ ਇੱਕ ਮਜ਼ਬੂਤ ਤਰ੍ਹਾਂ ਨਾਲ ਅਸੀਂ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰੀਏ। ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਜੀ ਕਿ ਤੁਹਾਨੂੰ ਪਤਾ ਕਿ ਇਸ ਸੰਬੰਧ 'ਚ ਅਸੀਂ ਸਾਰੇ ਇਕੱਠੇ ਹੋਏ ਹਾਂ। 9 ਤਰੀਕ ਦਿਨ ਮੰਗਲਵਾਰ ਨੂੰ ਦੁਪਹਿਰੇ 1 ਵਜੇ ਬੌੜੀ ਬਾਬਾ ਭੰਡਾਰੀ ਦੀ ਜੀ ਉੱਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਦੀ ਅਸੀਂ ਇੱਕ ਵਿਸ਼ਾਲ ਰੈਲੀ ਕਰਵਾਉਣ ਲੱਗੇ ਹਾਂ, ਜਿਸ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਜਿਹੜੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਸੀਨੀਅਰ ਲੀਡਰ ਵਰਕਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਸ ਰੈਲੀ ਦੇ ਵਿੱਚ ਪਹੁੰਚ ਕੇ ਉਸ ਰੈਲੀ ਨੂੰ ਕਾਮਯਾਬ ਬਣਾਈਏ। ਧੰਨਵਾਦ, ਜੈ ਹਿੰਦ। ਰੈਲੀ ਦਾ ਮੋਟਿਵ ਹੈ ਜੀ ਕਾਂਗਰਸ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਜਾਗਰੂਕ ਕਰਨਾ। ਨਹੀਂ, ਜ਼ਿਲ੍ਹਾ ਕਾਂਗਰਸ ਰੈਲੀ ਹੈ ਜੀ, ਮੈਂ ਵਾਈਸ ਪ੍ਰਧਾਨ ਹਾਂ ਜ਼ਿਲ੍ਹਾ ਕਾਂਗਰਸ ਸੀਨੀਅਰ ਵਾਈਸ ਪ੍ਰਧਾਨ। ਨਹੀਂ, ਮਨਜ਼ੂਰ ਨਹੀਂ ਹੋਇਆ ਸੀ ਮੇਰਾ ਰਜਾਈ। ਵੋਟ ਲੱਗਣ ਦੇ ਵਿੱਚ ਫੋਟੋ ਲੱਗਣ ਦੇ ਨਾਲ ਲੱਗਣ ਨਾਲ ਕੋਈ ਕਾਂਗਰਸ ਦੇ ਸਾਰੇ ਕੌਂਸਲਾਂ ਦੀ ਵੋਟ ਲੱਗੀ ਹੈ, ਫੋਟੋਆਂ ਲੱਗੀਆਂ ਸਾਰਿਆਂ ਦੀਆਂ ਜੀ। ਬੇਨਤੀ ਕਰਾਂਗੇ ਉਹਨਾਂ ਨੂੰ ਆ ਜਾਣਗੇ, ਠੀਕ ਹੈ ਨਹੀਂ ਤਾਂ ਉਹਨਾਂ ਦੀ ਮਰਜ਼ੀ। ਟੋਟਲ ਕੌਂਸਲਰ ਹੈ ਜੀ ਸਾਰੇ ਸਾਰੇ, ਕੱਲ੍ਹ 20 ਦੇ 20 ਕੌਂਸਲਰਾਂ ਦੀ ਮੀਟਿੰਗ ਹੋਈ ਸੀਗੀ ਜੀ, ਅੱਜ ਵੀ ਸਾਰੇ ਕੌਂਸਲਰ ਨਾਲ ਨੇ। 17 ਕੌਂਸਲਰਾਂ ਦੀ ਮੀਟਿੰਗ ਹੋਈ ਸੀ ਜੀ, ਸਰਪੰਚਾਂ ਨਾਲ ਵੀ ਕੱਲ੍ਹ ਮੀਟਿੰਗ ਸਾਰਿਆਂ ਨਾਲ ਹੋ ਗਈ ਹੈ। ਤਕਰੀਬਨ ਹਰੇਕ ਕਾਂਗਰਸੀ ਵਰਕਰ ਆਊਗਾ। ਜ਼ਿਲ੍ਹਾ ਲੈਵਲ ਦੀ ਹੈ ਕਿ ਸਿਟੀ ਲੈਵਲ? ਜ਼ਿਲ੍ਹਾ ਲੈਵਲ ਦੀ ਜੀ। ਨਹੀਂ, ਵਿਧਾਨ ਸਭਾ ਹੁਸ਼ਿਆਰਪੁਰ ਦੀ ਲੈਵਲ ਦੀ। ਸਾਰੇ ਸੀਨੀਅਰ ਕਾਂਗਰਸ ਲੀਡਰ ਆਉਣਗੇ ਜੀ। ਰੈਲੀ ਕਰਨ ਦਾ ਪ੍ਰਧਾਨ ਜੀ ਕਾਰਨ ਤਾਂ ਨਹੀਂ ਹੁੰਦਾ, ਰੈਲੀ ਦੇ ਵਰਕਰ ਨੂੰ ਜਦੋਂ ਅਸੀਂ ਵਰਕਰ ਹਾਂ ਆਪਣੇ ਲੀਡਰ ਨੂੰ ਜਦੋਂ ਮਰਜ਼ੀ ਬੁਲਾ ਸਕਦੇ ਹਾਂ ਅਸੀਂ। ਉਹਦੇ ਲਈ ਵੀ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਕੋਈ ਵਧੀਆ ਕੈਂਡੀਡੇਟ ਦੇਣ। ਹਾਲੇ ਤੱਕ ਨਵਜੋਤ ਸਿੰਘ ਸਿੱਧੂ ਜੀ ਨੇ, ਸੰਤੋਸ਼ ਚੌਧਰੀ ਨੇ ਮੈਡਮ, ਬਾਕੀ ਉਹਨਾਂ ਦੇ ਨਾਲ ਜਿਹੜੇ ਆਉਣਗੇ ਲੀਡਰ ਸਾਰੇ
ਦੇਖੋ ਅਸੀਂ ਪ੍ਰਧਾਨ ਜੀ ਇਸ ਲੈਵਲ ਦੇ ਬੰਦੇ ਨਹੀਂ ਆ, ਸਾਨੂੰ ਤਾਂ ਇੰਨਾ ਪਤਾ ਉਹ ਹਾਲੇ ਤਾਂ ਕਾਂਗਰਸੀ ਹੈ, ਤਾਂ ਅਸੀਂ ਕਾਂਗਰਸੀ ਰੈਲੀ ਕਰਾ ਰਹੇ ਹਾਂ, ਇਹ ਵੱਡੇ ਲੈਵਲ ਦੀਆਂ ਗੱਲਾਂ, ਇਹ ਵੱਡੇ ਲੀਡਰਾਂ ਨੂੰ ਪਤਾ ਹੋਊਗਾ, ਹਾਈ ਕਮਾਂਡ ਨੂੰ ਪਤਾ ਹੋਊਗਾ। ਮੈਡਮ ਸੰਤੋਸ਼ ਚੌਰੀ ਆਉਣਗੇ ਜੀ, ਬੇਨਤੀ ਸਾਰਿਆਂ ਨੂੰ ਹੀ ਕਰਾਂਗੇ, ਬੇਨਤੀ ਸਾਰੇ ਲੀਡਰਾਂ ਨੂੰ ਕਰਾਂਗੇ, ਐਕਸ ਐੱਮ ਐੱਲ ਨੂੰ, ਐੱਮ ਐੱਲ ਨੂੰ, ਸਾਰਿਆਂ ਨੂੰ ਬੇਨਤੀ ਕਰਾਂਗੇ ਜੀ। 9 ਤਰੀਕ ਨੂੰ ਜੀ 1 ਵਜੇ ਬੋੜੀ ਬਾਬਾ ਭੰਡਾਰੀ ਦੀ ਹਰਿਆਣਾ ਰੋਡ 'ਤੇ ਕਰ ਰਹੇ ਹਾਂ ਜੀ। ਤੁਸੀਂ ਸੀਨੀਅਰ ਆਗੂਆਂ ਦੀ ਮੈਂ ਸੁਣਦੇ ਜੀ, ਕਿਸੇ ਨੇ ਕਿਹਾ ਕਿ ਪੰਜਾਬ ਸਮਝੌਤਾ ਹੋ ਗਿਆ? ਕੋਈ ਉੱਪਰਲੀ ਬੋਡੀ ਨੇ ਨਾ, ਉੱਪਰਲੀ ਬੋਡੀ ਨੇ ਕਿਹਾ ਨਾ ਥੱਲੜੀ ਬੋਡੀ ਨੇ ਕਿਹਾ ਕਿ ਹਾਲੇ ਸਮਝੌਤਾ ਹੋ ਗਿਆ ਆਮ ਆਦਮੀ ਪਾਰਟੀ ਨੇ। ਉਹ ਜਦੋਂ ਹਾਈ ਕਮਾਂਡ ਕਹੂਗੀ ਫਿਰ ਉੱਤੇ ਅਸੀਂ ਜਵਾਬ ਦੇਵਾਂਗੇ। ਇਹ ਸਾਡੀ ਕਾਂਗਰਸ ਪਾਰਟੀ ਦਾ ਫੈਸਲਾ, ਕੋਈ ਅਸੀਂ ਬਾਗੀ ਰੈਲੀ ਨਹੀਂ ਕਰਾ ਰਹੇ, ਅਸੀਂ ਕਾਂਗਰਸ ਦੀ ਰੈਲੀ ਕਰਾ ਰਹੇ। ਸਾਡਾ ਮਨ ਆ ਜਿਹੜੇ ਮਰਜ਼ੀ ਲੀਡਰ ਨੂੰ ਬੁਲਾਈਏ, ਜਿੱਥੇ ਸਾਡਾ ਮਨ ਉਹਨਾਂ ਨੂੰ ਬੁਲਾ ਲਿਆ ਸੀ, ਉਹਨਾਂ ਦੀ ਸਿੱਧੂ ਸਾਹਿਬ ਨਾਲ ਗੱਲ ਹੋਊਗੀ, ਉਹਨਾਂ ਦਾ ਫਰਮਾਨ ਉਹਨਾਂ ਨੂੰ ਹੋਊਗਾ, ਤਦੀ ਕਰਾ ਰਹੇ ਹੋ, ਅਸੀਂ ਤਾਂ ਉਸ ਲੈਵਲ ਦੇ ਬੰਦੇ ਆ ਨਹੀਂ ਕਿ ਜੇ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ, ਉਹ ਵੀ ਆ ਜਾਣਗੇ। ਹਾਂਜੀ, ਉਹ ਤਾਂ ਸਿੱਧੂ ਸਾਹਿਬ ਬੇਨਤੀ ਕਰਨਗੇ ਨਾ ਜੀ ਉਹਨਾਂ ਨੂੰ। ਹਾਂਜੀ, ਸਿੱਧੂ ਸਾਹਿਬ ਨਹੀਂ ਮੈਸੇਜ ਨਹੀਂ ਆਇਆ, ਅਸੀਂ ਮੈਸੇਜ ਕੀਤਾ ਉਹਨਾਂ ਨੂੰ ਕਿ ਅਸੀਂ ਰੈਲੀ ਕਰਾਉਣੀ ਚਾਹੁੰਦੇ ਹਾਂ।